ਸੋ ਆਓ ਹੁਣ ਆਪਾਂ ਗੱਲ ਕਰੀਏ ਅਲਸਰ ਬਾਰੇ ਸੋ ਜਿਵੇਂ ਆਪਾਂ ਸਟਾਰਟਿੰਗ ਚ ਡਿਸਕਸ ਕੀਤਾ ਸੀ ਵੀ ਇਹਨੂੰ ਪੈਪਟਿਕ ਅਲਸਰ ਕਹਿ ਦਿੰਦੇ ਨੇ ਇਹ ਦੋ ਤਰ੍ਹਾਂ ਦੇ ਹੁੰਦੇ ਨੇ ਪਹਿਲਾ ਗੈਸਟ੍ਰਿਕ ਯਾਨੀ ਕਿ ਪੇਟ ਦੇ ਹਿੱਸੇ ਦੇ ਵਿੱਚ ਜਿਹੜਾ ਛਾਲਾ ਹੋਇਆ ਨੰਬਰ 2 ਡਿਊਡੈਨਲ ਯਾਨੀ ਕਿ ਛੋਟੀ ਆਂਤੜੀ ਦੇ ਵਿੱਚ ਜਿਹੜਾ ਛਾਲਾ ਹੋਇਆ ਆ ਉਹਨੂੰ ਡਿਊਡੈਨਮ ਕਹਿ ਦਿੰਦੇ ਠੀਕ ਹੈ ਸੋ ਆਹ ਸਲਾਈਡ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਹੋਰ ਕਲੀਅਰ ਹੋ ਜਾਏਗਾ ਆ ਸਾਡਾ ਪੇਟ ਹੈ ਠੀਕ ਹੈ ਇਹ ਪੇਟ ਆ ਪੂਰਾ ਆ ਆ ਸਾਡੀ ਆਂਤਰੀ ਦਾ ਹਿੱਸਾ ਆ ਪੇਟ ਇੱਥੇ ਖਤਮ ਹੋ ਜਾਂਦਾ ਇਸ ਜਗ੍ਹਾ ਦੇ ਉੱਪਰ ਪ ਆ ਸਾਡੀ ਅੰਤਰੀ ਇਥੋਂ ਸ਼ੁਰੂ ਹੋ ਜਾਂਦੀ ਹੈ ਸੋ ਪੇਟ ਦੇ ਕਿਸੇ ਵੀ ਹਿੱਸੇ ਵਿੱਚ ਛਾਲਾ ਹੋ ਸਕਦਾ ਹੈ ਉਹ ਗੈਸਟ੍ਰਿਕ ਅਲਸਰ ਹੋਏਗਾ ਜਾਂ ਅੰਤਰੀ ਦੇ ਸ਼ੁਰੂਆਤੀ ਹਿੱਸੇ 'ਚ ਤੇ ਉਹ ਡਿਊਡਨਲ ਅਲਸਰ ਹੋਏਗਾ ਥੋੜਾ ਜਿਹਾ ਧਿਆਨ ਅਗਰ ਆਪਾਂ ਜ਼ੂਮ ਕਰਕੇ ਇਸ ਡਾਇਗਰਾਮ ਵੱਲ ਤੇ ਦੇਖੀਏ ਤੇ ਇਹ ਸਟਾਰਟਿੰਗ ਜਿਹੜੀ ਹੈ ਸਾਡੇ ਜਿਹੜਾ ਮਿਊਕਸ ਦੀ ਲੇਅਰ ਹੈ ਆਹ ਵਾਲੀ ਠੀਕ ਹੈ ਇਹਦੇ ਵਿੱਚ ਹੌਲੀ-ਹੌਲੀ ਬੈਕਟੀਰੀਆ ਕਰਕੇ ਇਥੋਂ ਮਾਸ ਗੜਨਾ ਸ਼ੁਰੂ ਹੋ ਗਿਆ ਹੁਣ ਜਦੋਂ ਇਥੋਂ ਮਿਊਕਸ ਕਮਜ਼ੋਰ ਪੈ ਗਿਆ ਤਾਂ ਐਸਿਡ ਲੱਗਣਾ ਸ਼ੁਰੂ ਹੋ ਗਿਆ ਐਸਿਡ ਨਾਲ ਜਿਹੜਾ ਮਾਸ ਗਲਦਾ ਪਿਆ ਸੀ ਇਹ ਹੋਰ ਤੇਜ਼ੀ ਨਾਲ ਗਲਣਾ ਸ਼ੁਰੂ ਹੋ ਗਿਆ ਇਹ ਹੌਲੀ-ਹੌਲੀ ਵਧੇ ਜਾਣਾ ਹੈ ਅੰਦਰ ਨੂੰ ਪਹਿਲਾਂ ਉੱਪਰਲੀ ਲੇਅਰ ਫਿਰ ਉਸ ਤੋਂ ਥੱਲੜੀ ਲੇਅਰ ਫਿਰ ਅਖੀਰ ਤੱਕ ਜਾ ਕੇ ਟਿਸ਼ੂ ਤੇ ਮਸਲ ਲੇਅਰ ਦੇ ਵਿੱਚ ਅਗਰ ਇਹਦਾ ਸਹੀ ਤਰੀਕੇ ਨਾਲ ਇਲਾਜ ਨਾ ਕੀਤਾ ਤੇ ਇਹ ਬਹੁਤ ਜ਼ਿਆਦਾ ਡੇਂਜਰਸ ਵੀ ਹੋ ਸਕਦਾ ਹੈ ਸੋ ਅਲਸਰ ਨੂੰ ਦੇਖਣ ਵਾਸਤੇ ਆਮ ਤੌਰ ਤੇ ਅਸੀਂ ਇੱਕ ਐਂਡੋਸਕੋਪੀ ਕਰਦੇ ਹਾਂ ਐਂਡੋਸਕੋਪੀ ਦੇ ਵਿੱਚ ਇੱਕ ਪਾਈਪ ਮੂੰਹ ਰਸਤੇ ਥਾਣੀ ਪੇਟ ਤੱਕ ਲੈ ਕੇ ਜਾਇਆ ਜਾਂਦਾ ਹੈ ਉਸ ਪਾਈਪ ਦੇ ਜਰੀਏ ਫਿਰ ਆਪਾਂ ਅੰਦਰੋਂ ਫੋਟੋ ਵਗੈਰਾ ਖਿੱਚ ਕੇ ਡਾਕਟਰ ਦੇਖਦੇ ਨੇ ਤੇ ਆ ਆਪਾਂ ਇਧਰਲੇ ਪਾਸੇ ਜਿਹੜਾ ਦੇਖ ਸਕਦੇ ਆ ਕਿ ਪੇਟ ਬਿਲਕੁਲ ਨਾਰਮਲ ਹੈ ਇਸ ਪੇਟ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਕੋਈ ਛਾਲਾ ਨਹੀਂ ਹੈ ਬਿਲਕੁਲ ਠੀਕ ਹੈ ਲੇਕਿਨ ਇਸ ਜਗ੍ਹਾ ਦੇ ਉੱਪਰ ਐ ਦੇਖੋ ਪੇਟ ਦੇ ਵਿੱਚ ਕਾਫੀ ਵੱਡਾ ਜਿਹੜਾ ਛਾਲਾ ਸਾਨੂੰ ਨਜ਼ਰ ਆ ਰਿਹਾ ਹੈ ਆ ਜਗ੍ਹਾ ਤੇ ਠੀਕ ਹੈ ਪੇਟ 'ਚ ਹੋਣ ਵਾਲਾ ਛਾਲਾ ਕਾਫੀ ਹੱਦ ਤੱਕ ਮੂੰਹ 'ਚ ਹੋਣ ਵਾਲੀਆਂ ਛਾਲਿਆਂ ਵਰਗਾ ਹੀ ਹੁੰਦਾ ਹੈ ਹੁਣ ਸੋਚੋ ਜਿਹੜਾ ਵੀ ਮੂੰਹ 'ਚ ਜਦੋਂ ਛਾਲਾ ਹੁੰਦਾ ਤੇ ਦਰਦ ਕਿੰਨੀ ਹੁੰਦੀ ਜੇ ਉਹਦੇ ਉੱਤੇ ਕੁਝ ਲੱਗ ਜਵੇ ਉਸ ਦਰਦ ਨੂੰ ਹੁਣ ਪੇਟ ਦੇ ਵਿੱਚ ਅਪਨੇ ਮੈਜਿਨ ਕਰੋ ਮੂੰਹ ਵਾਲੇ ਛਾਲੇ ਦੇ ਉੱਪਰ ਤਾਂ ਫੇਰ ਵੀ ਆਪਾਂ ਉੱਪਰ ਦੀ ਦਵਾਈ ਲਾ ਸਕਦੇ ਹਾਂ ਪਰ ਪੇਟ ਵਾਲੇ ਛਾਲੇ ਦੇ ਉੱਪਰ ਆਪਾਂ ਸਿੱਧੇ ਤੌਰ ਤੇ ਕੋਈ ਦਵਾਈ ਨਹੀਂ ਲਾ ਸਕਦੇ ਠੀਕ ਹੈ ਜਾਂ ਅਗਰ ਹੱਥ ਤੇ ਜ਼ਖਮ ਹੋ ਜੇ ਤਾਂ ਉਹ ਕਿੰਨਾ ਦਰਦ ਕਰਦਾ ਠੀਕ ਹੈ ਉਹਦੇ ਉੱਪਰ ਤਾਂ ਚਲੋ ਆਪਾਂ ਪੱਟੀ ਕਰ ਸਕਦੇ ਹਾਂ ਲੇਕਿਨ ਜਿਹੜਾ ਪੇਟ ਦੇ ਅੰਦਰ ਜ਼ਖਮ ਆ ਉਹਦੀ ਕੋਈ ਪੱਟੀ ਨਹੀਂ ਹੋ ਸਕਦੀ ਠੀਕ ਹੈ ਸੋ ਅਗਰ ਇਸ ਛਾਲੇ ਦਾ ਇਲਾਜ ਟਾਈਮ ਸਿਰ ਨਾ ਕੀਤਾ ਗਿਆ ਤੇ ਇਹਨੇ ਮਾਸ ਦੀਆਂ ਅੰਦਰ ਪਰਤਾਂ ਨੂੰ ਖਾ ਖਾ ਕੇ ਖਾ ਖਾ ਕੇ ਪੇਟ ਦੇ ਵਿੱਚ ਇੱਕ ਮੋਰੀ ਕਰ ਦੇਣੀ ਹੈ ਇੱਕ ਛੇਦ ਕਰ ਦੇਣਾ ਠੀਕ ਹੈ ਉਸ ਮੋਰੀ ਦੇ ਵਿੱਚੋਂ ਬਹੁਤ ਸਾਰਾ ਖੂਨ ਨਿਕਲੇਗਾ ਉਹ ਖੂਨ ਕੁਝ ਪੇਟ ਦੇ ਬਾਹਰ ਡੁੱਲੇਗਾ ਕੁਝ ਪੇਟ ਦੇ ਅੰਦਰ ਜਾਏਗਾ ਜਿਹੜਾ ਪੇਟ ਦੇ ਅੰਦਰ ਖੂਨ ਚਲਾ ਜਾਏਗਾ ਉਸ ਕਾਰਨ ਕਰਕੇ ਜਿਹੜਾ ਸਾਡਾ ਸਟੂਲ ਆ ਟਾਇਲਟ ਆ ਉਹਦਾ ਕਲਰ ਕਾਲਾ ਹੋ ਜਾਏਗਾ ਤੇ ਜੇ ਖੂਨ ਪੇਟ ਦੇ ਬਾਹਰਲੇ ਪਾਸੇ ਆ ਰਿਹਾ ਤੇ ਉਹ ਸਾਡੀ ਪੇਟ ਦੀ ਐਬਡੋਮਨਲ ਕੈਵਿਟੀ ਯਾਨੀ ਕਿ ਪੇਟ ਦਾ ਜੋ ਹਿੱਸਾ ਆ ਬਾਹਰਲਾ ਉਹਦੇ ਵਿੱਚ ਖੂਨ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਲੇਕਿਨ ਇੱਕ ਚੀਜ਼ ਹੋਰ ਦੇਖੋ ਅਗਰ ਪੇਟ 'ਚ ਛਾਲਾ ਹੋ ਗਿਆ ਅਗਰ ਸਮੇਂ ਸਿਰ ਗੈਸਟ੍ਰਾਈਟਿਸ ਨੂੰ ਠੀਕ ਨਾ ਕੀਤਾ ਗੈਸਟ੍ਰਾਈਟਿਸ ਨੇ ਅਲਸਰ ਬਣ ਜਾਣਾ ਅਲਸਰ ਨੇ ਵੱਧਦੇ-ਵੱਧੇ ਪੇਟ 'ਚ ਛਾਲਾ ਕਰ ਦੇਣਾ ਅਗਰ ਸਮੇਂ ਸਿਰ ਇਹਨੂੰ ਨਾ ਠੀਕ ਕੀਤਾ ਪੇਟ 'ਚ ਇਹ ਜਿਹੜਾ ਹੋਇਆ ਛਾਲਾ ਆ ਤੁਸੀਂ ਜਿੰਨਾ ਵੀ ਖਾਣਾ ਮੂੰਹ ਰਸਤੇ ਖਾਣੇ ਆ ਉਹ ਖਾਣਾ ਪਾਣੀ ਦੁੱਧ ਚਾਹ ਜੋ ਵੀ ਚੀਜ਼ ਲਾਉਂਗੇ ਉਹ ਪੇਟ ਦੇ ਐਸਿਡ ਦੇ ਨਾਲ ਮਿਲ ਕੇ ਉਸ ਛਾਲੇ ਵਾਲੀ ਮੋਰੀ 'ਚੋਂ ਬਾਹਰ ਨਿਕਲਦਾ ਜਾਏਗਾ ਹੁਣ ਇਹਦੇ ਨਾਲ ਕਿਉਂਕਿ ਐਸਿਡ ਤੇ ਹੋਰ ਕਾਫੀ ਸਾਰੀਆਂ ਚੀਜ਼ਾਂ ਵੀ ਮਿਕਸ ਹੋਈਆਂ ਆ ਇਹ ਤੁਹਾਡੀ ਓਵਰ ਆਲ ਹੈਲਥ ਵਾਸਤੇ ਬਹੁਤ ਨੁਕਸਾਨਦੇ ਆ ਕਿਉਂਕਿ ਇਹ ਜਿਹੜਾ ਐਸਿਡ ਵਾਲਾ ਹੁਣ ਜਿਹੜਾ ਫੂਡ ਬਣ ਗਿਆ ਆ ਫੂਡ ਤੇ ਐਸਿਡ ਮਿਕਸ ਹੋ ਗਿਆ ਇਹ ਤੁਹਾਡੇ ਬਾਕੀ ਦੇ ਜਿਹੜੇ ਆਰਗਨ ਆ ਜਿਹੜੇ ਹੋਰ ਤੁਹਾਡੇ ਸਰੀਰ ਦੇ ਅੰਦਰ ਹਿੱਸੇ ਆ ਇਹ ਉਹਨਾਂ ਨੂੰ ਵੀ ਗਲਾ ਸਕਦਾ ਉਹਨਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਸੋ ਸਮੇਂ ਸਿਰ ਇਹਦਾ ਇਲਾਜ ਕਰਾਉਣਾ ਬਹੁਤ ਜ਼ਰੂਰੀ ਕਈ ਵਾਰ ਕੀ ਹੁੰਦਾ ਭਲੇਖੇ ਦੇ ਨਾਲ ਅਸੀਂ ਪੇਟ ਦੇ ਛਾਲੇ ਨੂੰ ਕੈਂਸਰ ਦੇ ਨਾਲ ਵੀ ਕਨਫਿਊਜ਼ ਕਰ ਲੈਂਦੇ ਆ ਲੇਕਿਨ ਅਗਰ ਆਪਾਂ ਜਸਟ 1 ਮਿੰਟ ਕੱਟ ਕੇ ਦੇਖੀਏ ਉੱਪਰਲੀ ਮਿਊਕਸ ਲੇਅਰ ਦੇ ਵਿੱਚ ਅਗਰ ਕੁਝ ਸੈੱਲ ਇਦਾਂ ਗਰੋ ਕਰਨੇ ਸ਼ੁਰੂ ਐਂਡ ਹੌਲੀ ਹੌਲੀ ਉਹ ਨੀਚੇ ਨੂੰ ਵਧਨੇ ਸ਼ੁਰੂ ਹੋ ਜਾਂਦੇ ਜਿੱਦਾਂ ਆਪਾਂ ਸਟੇਜ 2 ਸਟੇਜ 3 ਚ ਦੇਖ ਰਹੇ ਆ ਠੀਕ ਹੈ ਤੇ ਇਹ ਜਿਹੜਾ ਹੈ ਇਹ ਕੈਂਸਰ ਦੀ ਗ੍ਰੋਥ ਹੈ ਇਹ ਸਾਡੇ ਅਲਸਰ ਨਾਲੋਂ ਸੈਪਰੇਟ ਹੈ ਕੀਤਾ ਇਹਨੇ ਵੀ ਮਾਸ ਦੀਆਂ ਪਰਤਾਂ ਨੂੰ ਨੁਕਸਾਨ ਹੀ ਆ ਲੇਕਿਨ ਇਹਨੇ ਅਲੱਗ ਢੰਗ ਨਾਲ ਕੀਤਾ ਸੋ ਇਹ ਕਈ ਵਾਰ ਕੈਂਸਰ ਦੇ ਨਾਲ ਵੀ ਭਲੇਖੇ ਦੇ ਵਿੱਚ ਜਿਹੜਾ ਆ ਉਹ ਕਨਫਿਊਜ਼ਨ ਦੇ ਵਿੱਚ ਅਲਸਰ ਨੂੰ ਕੈਂਸਰ ਸਮਝ ਲਿਆ ਜਾਂਦਾ ਹੈ ਜਾਂ ਕੈਂਸਰ ਨੂੰ ਅਲਸਰ ਸਮਝ ਲਿਆ ਜਾਂਦਾ ਪਰ ਇਹਦਾ ਪ੍ਰੋਪਰ ਡਾਇਗਨੋਸ ਹੋਣਾ ਬਹੁਤ ਜ਼ਰੂਰੀ ਹੈ ਟ੍ਰੀਟਮੈਂਟ ਦੇ ਵਿੱਚ ਤਿੰਨ ਤਰ੍ਹਾਂ ਦੇ ਟ੍ਰੀਟਮੈਂਟ ਅਵੇਲੇਬਲ ਆ ਅਗਰ ਛਾਲਾ ਬਣ ਗਿਆ ਹੈ ਤਾਂ ਉਹਦਾ ਟ੍ਰੀਟਮੈਂਟ ਤਾਂ ਮੈਡੀਸਨ ਦੇ ਨਾਲ ਹੋ ਸਕਦਾ ਪਰ ਜੇ ਛੇਦ ਹੋ ਗਿਆ ਪੇਟ 'ਚ ਫਿਰ ਤਾਂ ਉਹਦੀ ਸਰਜਰੀ ਹੀ ਹੋਏਗੀ ਸੋ ਜਲ ਤੋਂ ਜਲਦ ਉਹਦੀ ਸਰਜਰੀ ਕਰਾ ਲੈਣੀ ਚਾਹੀਦੀ। ਜਾਂ ਅਗਰ ਸਿੰਪਲ ਗੈਸਟ੍ਰਾਈਟਿਸ ਜਾਂ ਛਾਲਾ ਹੈ ਪੇਟ 'ਚ ਛਾਲੇ ਇੱਕ ਤੋਂ ਵੱਧ ਵੀ ਛਾਲਾ ਹੈ ਅਗਰ ਤਾਂ ਦਵਾਈਆਂ ਦੇ ਨਾਲ ਵੀ ਉਹਨੂੰ ਠੀਕ ਕੀਤਾ ਜਾ ਸਕਦਾ ਜਿਹਦੇ ਨਾਲ-ਨਾਲ ਡਾਈਟ ਲੈਣੀ ਸਹੀ ਤਰੀਕੇ ਦੀ ਡਾਈਟ ਲੈਣੀ ਬਹੁਤ ਜ਼ਰੂਰੀ ਹੈ। ਕਈ ਵਾਰ ਪੇਟ ਦੇ ਛਾਲੇ ਬਾਰ-ਬਾਰ ਹੁੰਦੇ ਰਹਿੰਦੇ ਨੇ। ਦਵਾਈ ਖਾਧੀ ਛਾਲੇ ਠੀਕ ਹੋ ਗਏ ਫਿਰ ਥੋੜੇ ਮਹੀਨਿਆਂ ਬਾਅਦ ਫਿਰ ਹੋ ਗਏ। ਇਹਦਾ ਮਤਲਬ ਸਾਡਾ ਰਹਿਣਾ ਸਹਿਣਾ ਲਾਈਫਸਟਾਈਲ ਜਿਹੜਾ ਹੈ ਉਹ ਅੱਛਾ ਨਹੀਂ ਹੈ ਸੋ ਸਹੀ ਡਾਈਟ ਲੈਣਾ ਵੀ ਨਾਲ ਜ਼ਰੂਰੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਸਰਜਰੀ ਤੇ ਮੈਡੀਸਨ ਨੂੰ ਬਹੁਤ ਜ਼ਿਆਦਾ ਡਿਸਕਸ ਨਹੀਂ ਕਰਨਾ ਕਿਉਂਕਿ ਸਾਡਾ ਮੇਨ ਆਬਜੈਕਟਿਵ ਹੈ ਤੁਹਾਨੂੰ ਡਾਈਟ ਬਾਰੇ ਸਹੀ ਜਾਣਕਾਰੀ ਦੇਣੀ ਸੋ ਸਰਜਰੀ ਦੇ ਵਿੱਚ ਵੈਗੋਟੋਮੀ ਜਾਂ ਬਿਲਰੋਥ ਸਰਜਰੀ ਹੋ ਸਕਦੀ ਹੈ ਜਿਹਦੇ ਵਿੱਚ ਅਸੀਂ ਦਰਦ ਅਗਰ ਪੇਟ ਦੇ ਵਿੱਚ ਬਰਦਾਸ਼ਤ ਤੋਂ ਬਾਹਰ ਆ ਤੇ ਨਾੜਾਂ ਦਾ ਕੁਝ ਹਿੱਸਾ ਕੱਟਦੇ ਆ ਜਾਂ ਪੇਟ ਦਾ ਹਿੱਸਾ ਅਗਰ ਕੋਈ ਠੀਕ ਨਹੀਂ ਹੋ ਰਿਹਾ ਤੇ ਪੇਟ ਦਾ ਉਹਨਾ ਹਿੱਸਾ ਰਿਮੂਵ ਕਰ ਦਿੰਨੇ ਅਗਰ ਛਾਲਾ ਠੀਕ ਨਹੀਂ ਹੋ ਰਿਹਾ ਜਾਂ ਅਗਰ ਛੇਦ ਹੋ ਗਿਆ ਜਾਂ ਤੇ ਉੱਥੇ ਵੀ ਟੰਕੀਆਂ ਦੇ ਨਾਲ ਅਸੀਂ ਉਸ ਛੇਕ ਨੂੰ ਬੰਦ ਕਰ ਸਕਦੇ ਹਾਂ ਜਿੱਦਾਂ ਬਾ ਮੈਡੀਸਨ ਦੇ ਵਿੱਚ ਐਂਟੀਬਾਇਓਟਿਕ ਜਿਹੜੇ ਆ ਉਹ ਜ਼ਰੂਰ ਮਿਲਣੇ ਚਾਹੀਦੇ ਆ ਪੇਸ਼ੈਂਟ ਨੂੰ ਮਿਲਦੇ ਆ ਡਾਕਟਰ ਲਿਖਦੇ ਆ ਕਿਉਂਕਿ ਜਿਹੜਾ ਐਚ ਪਾਇਲੋਰੀ ਬੈਕਟੀਰੀਆ ਆ ਉਹ ਨੂੰ ਐਂਟੀਬਾਇਓਟਿਕ ਦੇ ਨਾਲ ਕਾਬੂ ਕੀਤਾ ਜਾ ਸਕਦਾ ਸੋ ਅਮੋਕਸਿਲਿਨ ਵਗੈਰਾ ਜਾਂ ਟੈਟਰਾਸਾਈਕਲਿਨ ਇਦਾਂ ਦੇ ਐਂਟੀਬਾਇਓਟਿਕ ਤੁਹਾਡੇ ਡਾਕਟਰ ਤੁਹਾਨੂੰ ਲਿਖ ਕੇ ਦੇ ਸਕਦੇ ਇਸ ਦੇ ਨਾਲ ਨਾਲ ਇੱਕ ਆ ਦਵਾਈ ਅਸੀਂ ਪ੍ਰੋਟੋਨ ਪੰਪ ਇਨヒビਟਰਸ ਇਹਨੂੰ ਪੀਪੀਆਈ ਵੀ ਕਹਿੰਦੇ ਆ ਠੀਕ ਹੈ ਇਹ ਵੀ ਜਿਹੜੀਆਂ ਆ ਡਾਕਟਰ ਸਾਨੂੰ ਪ੍ਰੈਸਕ੍ਰਾਈਬ ਕਰਦੇ ਆ ਇਹ ਅਸਲ 'ਚ ਐਸਿਡ ਲੋਰਿੰਗ ਡਰਗ ਆ ਯਾਨੀ ਐਸਿਡ ਨੂੰ ਘਟਾਉਂਦੀਆਂ ਪੇਟਾਬ ਨੂੰ ਘਟਾਉਂਦੀਆਂ ਆ ਸਾਡੇ ਪੇਟ 'ਚ ਇਹ ਕਿਉਂ ਘਟਾਉਂਦੀਆਂ ਆ ਅਗਰ ਮੰਨ ਲਓ ਥੋੜਾ ਸਲਾਈਡ ਥੋੜੀ ਸਲਾਈਡ ਪਿੱਛੇ ਜਾਈਏ ਆ ਦੇਖੋ ਪੇਟ ਤੇ ਛਾਲਾ ਹੋਇਆ ਸਾਡੇ ਪੇਟ ਦਾ ਐਸਿਡ ਬਹੁਤ ਸਟਰੋਂਗ ਆ ਛਾਲਾ ਹੋਣ ਤੋਂ ਪਹਿਲਾਂ ਉਸ ਹਿੱਸੇ ਤੋਂ ਮਿਊਕਸ ਦੀ ਜਿਹੜੀ ਲੇਅਰ ਸੀ ਜਿਹੜੀ ਸਾਨੂੰ ਐਸਿਡ ਤੋਂ ਬਚਾਉਂਦੀ ਸੀ ਪੇਟ ਨੂੰ ਉਹ ਉੱਤਰ ਗਈ ਹੁਣ ਅਗਰ ਐਸਿਡ ਅਗਰ ਪੇਟ 'ਚ ਜ਼ਿਆਦਾ ਬਣੇਗਾ ਤੇ ਉਹ ਸਿੱਧਾ-ਸਿੱਧਾ ਛਾਲੇ ਦੇ ਉ ਕੋਨੋ ਘਟਾਏਗਾ ਨਹੀਂ ਸੋ ਡਾਕਟਰ ਜਿਹੜਾ ਐਸਿਡ ਕੱਟ ਕਰਨ ਵਾਲੀਆਂ ਦਵਾਈਆਂ ਦਿੰਦੇ ਆ ਉਹਨਾਂ ਦੇ ਹਾਂ ਕੁਝ ਆਪਣੇ ਸਾਈਡ ਇਫੈਕਟ ਜ਼ਰੂਰ ਹੋਗੇ ਨੇ ਲੇਕਿਨ ਉਹ ਦਵਾਈਆਂ ਦੇਣੀਆਂ ਪੈਂਦੀਆਂ ਉਹ ਇਸ ਤਰ੍ਹਾਂ ਇੱਕ ਸਾਡੇ ਟ੍ਰੀਟਮੈਂਟ ਦਾ ਠੀਕ ਹੈ ਸੋ ਉਹਦੇ ਵਿੱਚ ਓਮੀਪ੍ਰੀਜ਼ੋਲ ਜਾਂ ਰੈਬੀਪ੍ਰੀਜ਼ੋਲ ਇਹ ਸਾਰੀਆਂ ਮੈਡੀਸਿਨਸ ਜਿਹੜੀਆਂ ਆ ਡਾਕਟਰ ਪ੍ਰਿਸਕ੍ਰਾਈਬ ਕਰਦੇ ਆ ਸੋ ਦੋਸਤੋ ਇਹ ਸੀਗੀ ਪੈਥੋਫਿਜ਼ੀਓਲੋਜੀ ਯਾਨੀ ਕਿ ਬੇਸਿਕ ਜਾਣਕਾਰੀ ਗੈਸਟ੍ਰਾਈਟਸ ਦੇ ਬਾਰੇ ਤੇ ਬੇਸਿਕ ਜਾਣਕਾਰੀ ਡਿਊਡਨਲ ਤੇ ਗੈਸਟ੍ਰਿਕ ਅਲਸਰ ਦੇ ਬਾਰੇ ਵੀ ਉਹ ਹੋਏ ਕਿਦਾਂ ਅਗਲੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨਾ ਹੈ ਕਿ ਅਗਰ ਹੁਣ ਅਗਰ ਇਹ ਹੋ ਹੀ ਗਿਆ ਹੈ ਜਾਂ ਛਾਲੇ ਸਾਡੇ ਪੇਟ ਦੇ ਵਿੱਚ ਜਾਂ ਗੈਸਟ੍ਰਾਈਟਸ ਹੋ ਹੀ ਗਿਆ ਤਾਂ ਇਹਨੂੰ ਠੀਕ ਕਿਦਾਂ ਕਰਨਾ ਉਹਦੇ ਵਾਸਤੇ ਸਾਨੂੰ ਡਾਈਟ ਕਿਹੋ ਜੀ ਲੈਣੀ ਚਾਹੀਦੀ ਹੈ ਅਗਲੀ ਵੀਡੀਓ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਜਿਹੜੀ ਹੈ ਡਾਈਟ ਡਿਸਕਸ ਕਰਾਂਗੇ ਇਸੇ ਤਰੀਕੇ ਦੇ ਨਾਲ ਇਸ ਪਲੇਲਿਸਟ ਵਿੱਚ ਅਗਲੀਆਂ ਜਿਹੜੀਆਂ ਹਿੱਸਿਆਂ 'ਚ ਆਪਾਂ ਵੀਡੀਓਜ਼ ਦੇਖਾਂਗੇ ਜਿਹਦੇ ਵਿੱਚ ਆਪਾਂ ਈਸੋਫੇਜੀਅਲ ਅਲਸਰ ਯਾਨੀ ਕਿ ਫੂਡ ਪਾਈਪ ਵਾਲਾ ਅਲਸਰ ਤੇ ਰੈਕਟਲ ਅਲਸਰ ਯਾਨੀ ਵੱਡੀ ਹਾਤਾਂ ਦਾ ਅਲਸਰ ਉਹਦੀ ਵੀ ਇਦਾਂ ਹੀ ਇੱਕ ਵੀਡੀਓ ਪਹਿਲਾਂ ਪੈਥੋਫਿਜ਼ੀਓਲੋਜੀ ਉੱਤੇ ਉਹਦੇ ਕਾਰਨ ਸਮਝਾਂਗੇ ਉਹ ਸ਼ੁਰੂ ਕਿੱਦਾਂ ਹੁੰਦੀ ਹੈ ਉਹ ਸਮਝਾਂਗੇ ਤੇ ਦੂਸਰੀ ਵੀਡੀਓ 'ਚ ਆਪਾਂ ਨਾਲ-ਨਾਲ ਉਹਦੀ ਡਾਈਟ ਡਿਸਕਸ ਕਰਾਂਗੇ ਵੀਡੀਓ ਦੇਖਣ ਵਾਸਤੇ ਅਗਲੀ ਵੀਡੀਓ ਜ਼ਰੂਰ ਦੇਖਣ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡੀ ਵੀਡੀਓ ਮਿਸ ਨਾ ਹੋ ਜਾਏ ਨੋਟੀਫਿਕੇਸ਼ਨ ਵੈਲ ਆਈਕਨ ਜ਼ਰੂਰ ਦਬੋ ਇਹ ਵੀਡੀਓ ਨਾਲ ਦੀ ਨਾਲ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਪਏਗੀ ਸੋ ਫੇਸਬੁੱਕ ਇੰਸਟਾਗ੍ਰam ਦੇ ਉੱਪਰ ਜਾ ਕੇ ਵੀ ਤੁਸੀਂ ਮੈਨੂੰ ਫਾਲੋ ਕਰ ਸਕਦੇ ਆਂ ਅਗਰ ਤੁਹਾਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਅਲਸਰ ਦੀ ਪ੍ਰੋਬਲਮ ਹੈ ਤੇ ਤੁਸੀਂ ਆਪਣੇ ਪੇਸ਼ੈਂਟ ਲਈ ਡਾਈਟ ਚਾਰਟ ਲੈਣਾ ਚਾਹੁੰਦੇ ਤਾਂ ਵੀ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਆਂ ਮੈਸੇਜ ਕਰ ਸਕਦੇ ਕਮੈਂਟ ਸੈਕਸ਼ਨ ਦੇ ਵਿੱਚ ਮੇ ਨਾਲ ਗੱਲ ਕਰ ਸਕਦੇ ਆਂ ਵੈਸੇ ਅਗਰ ਤੁਸੀਂ ਅਗਲੀ ਵੀ ਤੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਰਪ੍ਰਾਈਜ਼ ਦੇਣਾ ਚਾਹਨਾ ਵੀ ਅਗਲੀ ਵੀਡੀਓ ਦੇ ਐਂਡ ਦੇ ਵਿੱਚ ਇੱਕ ਗੈਸਟ੍ਰਿਕ ਅਲਸਰ ਤੇ ਡਿਊਡਨਲ ਅਲਸਰ ਦਾ ਡਾਈਟ ਪਲਾਨ ਆਪਾਂ ਵੀਡੀਓ ਦੇ ਅਖੀਰ 'ਚ ਜ਼ਰੂਰ ਸਾਂਝਾ ਕਰਾਂਗੇ ਸੋ ਤੁਸੀਂ ਉਹ ਡਾਈਟ ਪਲਾਨ ਵੀ ਫੋਲੋ ਕਰ ਸਕਦੇ ਆ ਉਹਦੇ ਲਈ ਚੈਨਲ ਦੇ ਨਾਲ ਬਣੇ ਰਹੋ ਨੈਕਸਟ ਵੀਡੀਓ ਦਾ ਇੰਤਜ਼ਾਰ ਕਰੋ ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ 'ਚ ਉਦੋਂ ਤੱਕ ਸਿਹਤਮੰਦ ਰਹੋ ਤੰਦਰੁਸਤ ਰਹੋ ਆਪਣਾ ਖਿਆਲ ਰੱਖੋ